ਕਾਂਗਰਸ ਦਾ ਜਿਹੜਾ ਕਲਚਰ ਸੀ ਉਹ ਸਭ ਕਾਫੀ ਸਮੇਂ ਤੋਂ ਵਿਗੜਦਾ ਜਾ ਰਿਹਾ ਪੰਜਾਬ ਦੇ ਕਿਉਂਕਿ ਜਦੋਂ ਅਨਕਲਚਰਡ ਬੰਦੇ ਕਾਂਗਰਸ ਦੇ ਵਿੱਚ ਐਂਟਰ ਕਰਕੇ ਕਾਂਗਰਸ ਕਮਜ਼ੋਰ ਹੁੰਦੀ ਹੈ ਲੀਡਰ ਨੇ ਵਿਧਾਨਕਾਰ ਨੇ ਔਰ ਉਹਨਾਂ ਉਹ ਉਹਨਾਂ ਦੀ ਇਹ ਸਮਗਲਰਾਂ ਦੀ ਔਰ ਮਾਫੀਆ ਦੀ ਸਭ ਪਿੱਠ ਤੋਂ ਸਭ ਪੜਦੇ ਕਿਉਂ ਲੋਕਾਂ ਨੂੰ ਡਾਊਟ ਹੈ ਇਹਨਾਂ ਦੇ ਕੈਪਟਨ ਸਾਹਿਬ ਤਾਂ ਪਰਦਾ ਪਾਉਂਦੇ ਰਹੇ ਮਿਲੀ ਭਗਤ ਸੀ ਕਿਆ ਹੁਣ ਦੀ ਸਰਕਾਰ ਦੀ ਵੀ ਇਹਨਾਂ ਸਮਗਲਰਾਂ ਨਾਲ ਮਿਲੀ ਭਗਤ ਹੈ ਦੇਖੋ ਨਵਜੋਤ ਸਿੰਘ ਸਿੱਧੂ ਮਾਫੀਏ ਦੇ ਖਿਲਾਫ ਬੋਲ ਰਿਹਾ ਕਰ ਰਿਹਾ ਪਰ ਮੈਨੂੰ ਲੱਗਦਾ ਵੀ ਉਹਦੀ ਕੋਈ ਇੰਨੀ ਸੁਣਵਾਈ ਨਹੀਂ ਕਾਂਗਰਸ ਪ੍ਰਧਾਨ ਪ੍ਰਧਾਨ ਹੁੰਦਾ ਸਿੱਧੂ ਸਾਹਿਬ ਠੀਕ ਹੈ ਕੋਸ਼ਿਸ਼ ਕਰਦੇ ਨੇ ਬੋਲਦੇ ਵੀ ਹੈ ਪਰ ਮੈਂ ਅਫਸੋਸ ਹੈ ਕਿ ਉਹ ਉਹਦੇ ਪ੍ਰਧਾਨ ਦੇ ਕਈਆਂ ਹੋਇਆਂ 'ਤੇ ਅਸਰ ਨਹੀਂ ਹੋ ਰਿਹਾ ਸਵਾਲ ਇਹ ਹੈ ਕਿ ਕਾਂਗਰਸ ਦਾ ਜਿਹੜਾ ਕਲਚਰ ਸੀ ਉਹ ਤਾਂ ਕਾਫੀ ਸਮੇਂ ਤੋਂ ਵਿਗੜਦਾ ਜਾ ਰਿਹਾ ਪੰਜਾਬ ਦੇ ਵਿੱਚ ਕਿਉਂਕਿ ਜਦੋਂ ਅਨਕਲਚਰਡ ਬੰਦੇ ਕਾਂਗਰਸ ਦੇ ਵਿੱਚ ਐਂਟਰ ਕਰਕੇ ਕਾਂਗਰਸ ਕਮਜ਼ੋਰ ਹੁੰਦੀ ਗਈ ਔਰ ਉਹਦਾ ਨਤੀਜਾ ਹੁਣ ਇਹ ਜਿਹੜੇ ਲੀਡਰ ਆਪਸ ਦੇ ਵਿੱਚ ਬਿਆਨਬਾਜ਼ੀ ਕਰਦੇ ਨੇ ਉਹ ਆਪ ਉਹਨਾਂ ਨੂੰ ਨਹੀਂ ਕਲਚਰ ਦਾ ਪਤਾ ਇੱਕ ਦੂਜੇ 'ਤੇ ਬਲੇਮ ਜ਼ਰੂਰ ਲਾਉਂਦੇ ਨੇ ਕਿ ਕਲਚਰ 'ਚ ਰਹਿਣਾ ਚਾਹੀਦਾ ਕਿਸੇ ਸਿਸਟਮ 'ਚ ਰਹਿਣਾ ਚਾਹੀਦਾ ਉਹਨਾਂ ਨੂੰ ਸਿਸਟਮ 'ਚ ਰਹਿਣਾ ਚਾਹੀਦਾ ਤਾਂ ਮਾਫੀਆ ਦਾ ਸਪੋਰਟ ਕਿਉਂ ਕਰਦੇ ਨੇ ਫਿਰ ਜਿਹੜੇ ਸਾਡੇ ਲੀਡਰ ਨੇ ਵਿਧਾਨਕਾਰ ਨੇ ਔਰ ਉਹਨਾਂ ਉਹ ਉਹਨਾਂ ਦੀ ਇਹ ਸਮਗਲਰਾਂ ਦੀ ਔਰ ਮਾਫੀਆ ਦੀ ਥੱਪ ਪਿੱਠ ਤੋਂ ਥੱਪੜਦੇ ਨੇ ਕਿਉਂ ਲੋਕਾਂ ਨੂੰ ਡਾਊਟ ਹੈ ਇਹਨਾਂ 'ਤੇ ਕੌਣ ਥੱਪੜ ਰਿਹਾ ਇਹ ਸਾਰੇ ਲੋਕ ਜਿਹੜੇ ਨੇ ਕਾਫੀ ਹੈ ਮੈਂ ਤਾਂ ਸਤਾਰਾਂ ਤੋਂ ਕਹਿੰਦਾ ਰਿਹਾ ਚਾਹੇ ਚਾਹੇ ਐਮ ਐਲ ਏ ਹੈ ਚਾਹੇ ਐਮ ਪੀ ਹੈ ਚਾਹੇ ਕੋਈ ਹੈ ਮੈਂ ਅੱਗੇ ਵੀ ਮੀਟਿੰਗਾਂ 'ਚ ਕਹਿੰਦਾ ਰਿਹਾ ਕੋਈ ਨਹੀਂ ਫੜਿਆ ਸਾਡੇ ਪੰਜਾਬ ਦੇ ਵਿੱਚ 12-13 ਡਿਸਟ੍ਰਿਕਟੀਆਂ ਫੜੀਆਂ 4 ਪਟਿਆਲੇ ਸਾਡੇ ਖੰਨੇ ਫੜੀ ਗਈ ਉੱਧਰ ਸਧਾਰਨ ਦੇ ਕੋਲ ਤਰਨ ਤਾਰਨ ਕੰਨੀ 12 ਇੱਕ ਬਾਦਲ ਪਿੰਡ 'ਚ ਫੜੀ ਉਹਨਾਂ ਦੇ ਮਾਲਕ ਕੌਣ ਹੈ ਅੱਜ ਤੱਕ ਕੈਪਟਨ ਸਾਹਿਬ ਤਾਂ ਪਰਦਾ ਪਾਉਂਦੇ ਰਹੇ ਮਿਲੀ ਭਗਤ ਸੀਗੀ ਕਿਆ ਹੁਣ ਦੀ ਸਰਕਾਰ ਦੀ ਵੀ ਇਹਨਾਂ ਸਮਗਲਰਾਂ ਨਾਲ ਮਿਲੀ ਭਗਤ ਹੈ ਤਾਂ ਆਪ ਮੰਨਦੇ ਹੋ ਕਿ ਇਸ ਸਮੇਂ ਨਸ਼ਾ ਪੰਜਾਬ ਕੇ ਗਾਓਂ ਮੇ ਸ਼ਹਿਰੋਂ ਮੇ ਬਹੁਤ ਜ਼ਿਆਦਾ ਹੋ ਗਿਆ ਹੈ ਸਾਰੇ ਨਸ਼ਾ ਤੋਂ ਮੈਂ ਕਿਹਾ ਕਹੀਂ ਚਲੇ ਜਾਓ ਕਿਸੇ ਗਾਓਂ ਮੇ ਚਲੇ ਜਾਓ ਕਹੀਂ ਵੀ ਆਪ ਚਲੇ ਜਾਓ ਸ਼ਹਿਰ ਮੇ ਚਲੇ ਜਾਓ ਗਲੀ ਗਲੀ ਮੇ ਨਸ਼ਾ ਵਿਕ ਰਹਾ ਹੈ ਆਜ ਵੀ ਪੰਜਾਬ ਮੇ ਓਵਰਡੋਜ਼ ਸੇ ਟੀਕਾ ਲਗਾਨੇ ਸੇ ਯੇ ਆਦਮੀ ਨੌਜਵਾਨ ਮਰ ਰਹੇ ਹੈ ਯੇ ਕਹਾਂ ਸੇ ਆਤਾ ਹੈ ਪੰਜਾਬ ਗੌਰਮੈਂਟ ਬਲੇਮ ਕਰਤੀ ਹੈ ਫੋਰ ਬਾਰਡਰ ਸੇ ਆਤਾ ਹੈ ਵੀ ਬਾਰਡਰ ਤੋਂ ਬਾਰਡਰ ਕੇ ਆਨੇ ਕੇ ਬਾਅਦ ਯਹਾਂ ਗਾਓਂ ਕੇ ਗਲੀਓ ਮੇ ਬਾਜ਼ਾਰੋਂ ਮੇ ਮਹੱਲੋਂ ਮੇ ਕੈਸੇ ਵਿਕਤਾ ਹੋਮ ਮਿਨਿਸਟਰ ਤੋਂ ਕਹਤੇ ਬੰਦ ਕਰ ਦਿਆ ਹਮਨੇ ਨਸ਼ਾ ਮੈਂ ਹੋਮ ਮਿਨਿਸਟਰ ਕੋ ਆਪਕੇ ਜ਼ਰੀਏ ਕਹੂੰਗਾ ਮੈਂ ਮੁੱਖ ਮੰਤਰੀ ਕੋ ਵੀ ਮਿਲਾ ਹੂੰ ਔਰ ਉਨਕੋ ਵੀ ਕਿਹਾ ਹੈ ਕਿ ਯੇ ਜੇ ਡਿਸਟ੍ਰੀ ਚਲਾਣੇ ਵਾਲੇ ਹੈ ਮਾਫੀਆ ਹੈ ਚਾਹੇ ਮਾਈਨ ਮਾਫੀਆ ਚਾਹੇ ਇਹ ਸਮਗਲਰ ਹੈ ਨਸ਼ਾ ਵੇਚਣੇ ਵਾਲੇ ਇਨਕੇ ਖਿਲਾਫ਼ ਕਾਰਵਾਈ ਕਰੋ ਠੀਕ ਹੈ ਪਿਛਲੇ ਕੈਪਟਨ ਕੋ ਕਿਉਂ ਬਦਲਾ ਗਿਆ ਸਕੋ ਮਾਫੀਆ ਕੋ ਪ੍ਰੋਟੈਕਟ ਕਰਤਾ ਸਾ ਉਸਕੇ ਬਾਅਦ ਬਦਲਾਓ ਆਇਆ ਆਦਮੀ ਬਦਲ ਗਏ ਪਰ ਸਿਸਟਮ ਮੇ ਬਦਲਾਓ ਨਹੀਂ ਆਇਆ ਉਹੀ ਮਾਫੀਆ ਕੰਮ ਕਰਤਾ ਹੈ ਦੇਖੋ ਨਵਜੋਤ ਸਿੰਘ ਸਿੱਧੂ ਮਾਫੀਏ ਦੇ ਖਿਲਾਫ਼ ਬੋਲ ਰਿਹਾ ਕਰ ਰਿਹਾ ਪਰ ਮੈਨੂੰ ਲੱਗਦਾ ਵੀ ਉਹਦੀ ਕੋਈ ਇੰਨੀ ਸੁਣਵਾਈ ਨਹੀਂ ਕਾਂਗਰਸ ਪ੍ਰਧਾਨ ਪ੍ਰਧਾਨ ਹੁੰਦਾ ਪ੍ਰਧਾਨ ਜਿਹੜਾ ਕਿਹਾ ਜਾਂਦਾ ਪਾਰਟੀ ਦੀ ਸਰਕਾਰ ਹੈ ਪਰ ਮੈਂ ਵੀ ਪ੍ਰਧਾਨ ਰਿਹਾ ਮੇਰੇ ਵੇਲੇ ਤਾਂ ਇਹ ਕੰਮ ਹੋਣ ਨਹੀਂ ਦਿੱਤਾ ਮੈਂ ਕਦੇ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਠੀਕ ਹੈ ਉਹਦੀ ਵਰਕਿੰਗ ਦੇ ਖਿਲਾਫ਼ ਮੈਂ ਜ਼ਰੂਰ ਪਰ ਉਦੋਂ ਮੈਂ ਮਾਫੀਆ ਜੰਮਣ ਨਹੀਂ ਦਿੱਤਾ ਸੀ ਮੈਂ ਪ੍ਰੈਜੀਡੈਂਟ ਸੀਗਾ ਸਿੱਧੂ ਸਾਹਿਬ ਠੀਕ ਹੈ ਕੋਸ਼ਿਸ਼ ਕਰਦੇ ਨੇ ਬੋਲਦੇ ਵੀ ਹੈ ਪਰ ਮੈਂ ਅਫਸੋਸ ਹੈ ਕਿ ਉਹ ਉਹਦੇ ਪ੍ਰਧਾਨ ਦੇ ਕਈਆਂ ਹੋਇਆਂ 'ਤੇ ਅਸਰ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਕਾਰਨ ਇਹ ਹੈਂਕੀ ਪੈਂਕੀ ਹੈ ਕੋਈ ਦਾਲ 'ਚ ਕਾਲਾ ਕਾਲਾ ਲੱਗਦਾ ਕਾਲਾ ਇਹ ਮਾਫੀਆ ਜਿਹੜਾ ਉਹਨਾਂ ਨੂੰ ਪ੍ਰੋਟੈਕਸ਼ਨ ਮਿਲਦੀ ਹੈ ਮੈਂ ਤਾਂ ਇਹ ਕਹਾਂਗਾ ਕਿ ਜਿਹੜਾ ਮਾਫੀਆ ਉਹਨੂੰ ਪ੍ਰੋਟੈਕਟ ਮਿਲਦੀ ਹੈ ਜੈਸੇ ਪੰਜਾਬ ਇਹ ਡਿਸਟ੍ਰਿਕਟੀਓ ਕੇ ਨੌਕਰ ਜੋ ਕੰਮ ਕਰਦੇ ਨੇ ਫੈਕਟਰੀਓ ਮੇ ਗਰੀਬ ਲੋਕ ਉਹਨੂੰ ਪਰਚੇ ਦੇ ਦੀਏ ਔਰ ED ਨੇ SSP ਖੰਨਾ ਕੋ ਮਿਲਾ SSP ਪਟਿਆਲਾ ਕੋ ਮਿਲਾ
उसने फाइलें मांगी, फाइलें नहीं दी, क्योंकि जब तक सरकार है, वहां के लोकल लीडर है, मैं तो मुख्यमंत्री जो बने हैं उनको मौका दिया परमात्मा ने, और हम भी कहते रहे हैं कि गरीबों को मौका मिलना चाहिए, मिला मौका, पर उनको चाहिए कि पंजाब के लोगों को दिखाए कि एक शेड्यूल कास्ट चीफ मिनिस्टर बना है, उसने ये नशे के खिलाफ, उसने ये डिस्टिलरी के जो मालिक है, चाहे वो पॉलिटिकल हो, चाहे बड़े बड़े लोग हों, उसमें एसएसपी कौन इन्वॉल्व, उस टमा का डीजीपी का क्या रोल है, वहां के एमएलए का क्या रोल है, वहां के मिनिस्टरों का क्या रोल है, पॉलिटिकल आदमियों का क्या रोल है, पब्लिक के सामने नंगा करे अगर ईमानदारी है। इसी तरह स्कॉलरशिप का, इसी तरह स्कॉलरशिप का 8 लाख बच्चों का जिंदगी तबाह हुई है उस टाइम, 12 से लेकर अकालियों के राज में भी हुआ 400 करोड़ का, उसके बाद 300 कुछ करोड़ का वाद हुआ, 8 लाख, ये अजीत ने पिछले जो बेचारा मेजर सिंह था उसने छाया किया पिछले मार्च में 20 में कि हर साल 1.25 लाख बच्चों की जिंदगी तबाह हो रही है, कोई नशे करने लग गया, कोई चोरी करना, कोई क्रिमिनल बन गया, क्या नौजवानों का ख्याल नहीं, इनके मालिक कौन है, 124 आदमी मरे, मैं गया हूँ गांव में मच्छर गांव में 80 मरे, कोई भी एमएलए पंजाब का अगर और वहां का एमपी और मिनिस्टर किसी कोई उनके घर में नहीं गया, मैं गया हूँ कोरोना के बीच में, और एक 120 के करीब कुछ अंधे हो गए, कईयों की आंखें खराब हो गई, किडनी, वो तो एक दिन मर गए शराब पी के, ये मरे मराए हैं, उनका उनकी दुराशी उनके परिवारों से पूछे, कोई नहीं गया विजिट करने एमएलए एमपी वगैरह वहां का, इसलिए वो भी क्यों नहीं जाते, क्योंकि इन्वॉल्वमेंट है, समग्रों के साथ मिले हुए हैं, मैं तो ये कहूंगा अगर नहीं मिले हुए तो पंजाब में जो चाहे बादल गांव में फड़ी हो, खन्ना में जो डिस्ट्रिक्ट फड़ी है, उसके मालिक कौन है, क्यों नहीं उनके खिलाफ वहां उस टाइम का एसएसपी एसएचओ उस टाइम का डीजीपी ये पुलिस के अफसरों के खिलाफ क्यों नहीं कार्रवाई होती, और पॉलिटिकल लोग है, अमरिंदर सिंह ने कहा है कि मुझे भी मैंने लिस्ट दी है, जो मैं कह रहा था वो सच है, एमएलए और मिनिस्टर इन्वॉल्व है इसमें, नेक्सस है और उसका नेक्सस है, अगर ऐसे लोगों को कांग्रेस ने, मैं तो हाईकमांड को कहा है कि आप टिकटें दे रहे हो, अगर माफिया को टिकटें देनी है, जो शराब की ये डिस्ट्रियां चला रहे थे, जो स्मगलिंग करा रहे हैं, जो नशा जो माइंस का काम कर रहे हैं, इनको कांग्रेस को क्लीन करो, अगर पंजाब में लोगों को आपने अपना शक्ल दिखानी है, अगर पंजाब के लोग बर्दाश्त नहीं करेंगे, अगर माफिया को सपोर्ट कर रहे हैं, कांग्रेस क्लियर करेंगे, कांग्रेस पार्टी जो है स्मगलरों के साथ नहीं, माफिया के साथ नहीं, इन कातलों के साथ नहीं, पंजाब के लोग अमन पसंद लोगों के साथ है कांग्रेस, ये मैसेज जाना चाहिए। दुल्ला साहब कहा गया कि 3.5 महीने की जड़ी आ सरकार है चरणजीत सिंह चन्नी दी, आ माफिया राज दे खत्म करने चन्नी की सरकार करती है मसले हल, कि मसले हल होए माफिया राज खत्म होया, या फिर ये सरकार भी माफिया, ये माफिया हल होना मैं क्यों बोलता भाई, आ मिल गई है क्या सरकार भी, नहीं नहीं मैं मुख्यमंत्री नु लिख के देता अपने वालों लेटर लिखे है कि माफिया के खिलाफ कार्रवाई करो, ओदी कापी इत्थे पई है मेरे को, आ कदों दित्ता है जी कदों, ले लो एक मिनट देखिए, स्कॉलरशिप स्कैम दे बारे और माफिया दे बारे मैं आप लिख के दिता पर्सनली, पर मैं देख रहा थी 100 दिन मैं चुप रहा, मैं नहीं बोलिया, पर रंधावा साहब कहते हैं कि हमने केस दर्ज किया है विक्रम मजीठिया के खिलाफ, अब सब कुछ खत्म हो गया, छापेमारियां भी कर रहे हैं, देखो विक्रम देव खिलाफ उन्होंने पर्चा किया है, ये तो हूँ अदालत दे विच है, मैं कोई कमेंट भी नहीं करता चंगा लगता, क्योंकि सब जुडिशल मैटर होया होया, इस करके मैं तो कहते जे विक्रम के खिलाफ किया है, कहते ने नशे के सदागरों के खिलाफ होया है, तो डिस्टिलरी और स्कॉलरशिप स्कैम वाले के खिलाफ क्यों नहीं हो रहा, इस क्यों मिली भगत साहब को, कोई दाल च काला काला लगता मैनू कि इन्होंने कुछ ना कोई मिली भगत ना हो, मैं दिता उन्होंने चन्नी साहब न पढ़ लो, ठीक है, स्कॉलरशिप का भी दिता है,
ਆਲ ਆਫ ਦੋਏ ਦੁੱਲੋ ਸਾਹਿਬ ਤੁਸੀਂ ਸ਼ਕਲ ਦੀ ਗੱਲ ਕੀਤੀ ਕਾਂਗਰਸ ਕਹਿ ਰਹੀ ਵੀ ਅਸੀਂ ਬਿਨਾ ਸ਼ਕਲ ਤੋਂ ਮੀਨਸ ਕੋਈ ਫੇਸ ਦਿੱਤੇ ਬਿਨਾ ਚੋਣਾਂ ਚੁਤਰਾਂਗੇ ਦੇਖੋ ਕਾਂਗਰਸ ਦਾ ਕਲਚਰ ਰਿਹਾ ਹੈ ਕਿਉਂਕਿ ਮੈਨੂੰ ਵੀ 50 ਸਾਲ ਹੋ ਗਏ ਕਾਂਗਰਸ 'ਚ ਕੰਮ ਕਰਦੇ ਨੂੰ ਤਾਂ ਹੀ ਪੁੱਛਿਆ ਜੀ ਗਿਆਨੀ ਜੈਲ ਸਿੰਘ ਉਹਨਾਂ ਨੂੰ ਜਦੋਂ ਕਾਂਗਰਸ ਦੇ ਪ੍ਰਧਾਨ ਤੇ ਡਿਕਲੇਅਰ ਕੀਤਾ ਇਸੇ ਤਰ੍ਹਾਂ ਸਰਦਾਰ ਦਲਵਾਲਾ ਸਿੰਘ ਉਹਦੇ ਬਾਅਦ ਸਰਦਾਰ ਬੇਅੰਤ ਸਿੰਘ ਮੁੱਖ ਮੰਤਰੀ ਕੈਪਟਨ ਸਾਹਿਬ ਨੂੰ ਵੀ ਕੀਤਾ ਐਸੀ ਗੱਲ ਨਹੀਂ ਆ ਜਿਹੜੇ ਅੱਜ ਕਲਚਰ ਦੀਆਂ ਗੱਲਾਂ ਕਰਦੇ ਨੇ ਹੋਰ ਹੈ ਕਿਉਂਕਿ ਪਾਰਟੀ ਲੈਵਲ 'ਤੇ ਵੋਟ ਵੀ ਪੈਂਦੀ ਹੈ ਕਈ ਪਾਰਟੀ ਨੂੰ ਪੱਕੇ ਤੌਰ 'ਤੇ ਵੋਟ ਪਾਉਂਦੇ ਨੇ ਕਈ ਬੰਦੇ ਚਿਹਰਾ ਦੇਖਦੇ ਨੇ ਵੀ ਬੰਦਾ ਜਿਹੜਾ ਲੀਡ ਕਰ ਰਿਹਾ ਉਹ ਕਿਆ ਹੈ ਅੱਗੇ ਲੋਕਾਂ ਨੇ ਦੇਖਿਆ ਕੈਪਟਨ ਦਾ ਚਿਹਰਾ ਪਰ ਲੋਕ ਕੈਪਟਨ ਸਾਹਿਬ ਨੇ ਲੋਕਾਂ ਦਾ ਵੀ ਵਿਸ਼ਵਾਸਘਾਤ ਕੀਤਾ ਔਰ ਪੰਥ ਗੁਰੂ ਘਰ ਸਾਹਿਬ ਨਾਲ ਵੀ ਗੁਟਕਾ ਚੱਕ ਕੇ ਕੀਤਾ ਧੋਖਾ ਕਰਕੇ ਗਿਆ ਔਰ ਮਾਫੀਆ 'ਤੇ ਪਰਦਾ ਪਾਉਂਦਾ ਰਿਹਾ ਉਹੀ ਕੰਮ ਸਾਡੇ ਵਾਲੇ ਕਰਨ ਲੱਗ ਗਏ ਇਹਨਾਂ ਨੂੰ ਚਾਹੀਦਾ ਕੌਣ ਕਰਨ ਲੱਗੇ ਜੀ ਜਿਹੜੇ ਜੇ ਸਾਫ ਨੇ ਤੇ ਇਹ ਕਿਉਂ ਨਹੀਂ ਕਾਤਲਾਂ ਨੂੰ ਫੜਦੇ 114 ਸ਼ਡਿਊਲ ਕਾਸਟ ਚੀਫ ਮਿਨਿਸਟਰ 114 ਸ਼ਡਿਊਲ ਕਾਸਟ ਮਰੇ ਨੇ ਸ਼ਰਾਬ ਜਿਨ੍ਹਾਂ ਨੂੰ ਜ਼ਹਿਰ ਪਿਲਾਈ ਗਈ ਹੈ ਤਿੰਨ ਜ਼ਿਲ੍ਹਿਆਂ 'ਚ ਔਰ ਪੰਜਾਬ 'ਚ ਜਿਹੜੇ ਉਹ ਤਾਂ ਨੋਟਿਸ ਹੋ ਗਏ ਜਿਹੜੇ ਨਹੀਂ ਪਤਾ ਲੱਗਿਆ 5 ਸਾਲ ਸ਼ਰਾਬ ਵਿਕਦੀ ਰਹੀ ਹੈ ਗਲੀ ਗਲੀ ਵਿਕਦੀ ਰਹੀ ਹੈ ਬਾਹਰੀਆਂ ਸਟੇਟਾਂ 'ਚ ਵੀ ਵਿਕੀ ਹੈ ਈਵਨ ਹਰਿਆਣੇ ਵਾਲਿਆਂ ਨੇ ਵੀ ਉੱਥੇ ਕੁਮਾਰੀ ਸ਼ੈਲਜਾ ਨੇ ਕਿਹਾ CBI ਇਨਕੁਆਇਰੀ ਹੋਵੇ ਮੈਂ CBI ਇਨਕੁਆਇਰੀ ਮੰਗਦਾ ਰਿਹਾ ਮੁੱਖ ਮੰਤਰੀ ਪਰਦਾ ਪਾਉਂਦਾ ਸੀ ਕਲੀਨ ਚਿੱਠਾ ਦਿੰਦਾ ਸਕਾਲਰਸ਼ਿਪ 'ਚ ਮੁੱਖ ਮੰਤਰੀ ਕਿਉਂਕਿ ਮੈਨੂੰ ਤਾਂ ਸ਼ੱਕ ਪੈਂਦਾ ਇਹ ਪੈਸਾ ਜਿਹੜਾ ਇੱਕ ਜਗ੍ਹਾ ਨਹੀਂ ਗਿਆ ਇਹ ਅਫਸਰਾਂ ਕੋਲ ਵੀ ਗਿਆ ਇਹ ਪੋਲੀਟੀਕਲ ਲੋਕਾਂ ਕੋਲ ਵੀ ਮੁੱਖ ਮੰਤਰੀ ਚੇਂਜ ਹੋ ਗਿਆ ਤੁਸੀਂ ਸਕਾਲਰਸ਼ਿਪ ਤੇ ਹੁਣ ਤਾਂ ਮੁੱਖ ਮੰਤਰੀ ਚੇਂਜ 3 ਮਹੀਨੇ ਹੋ ਗਏ ਨਹੀਂ ਨਹੀਂ ਇਸ ਮੁੱਖ ਮੰਤਰੀ ਤੋਂ ਮੰਗ ਕਰਨਾ ਹੈ 8 ਲੱਖ ਸ਼ਡਿਊਲ ਕਾਸਟ ਬੱਚਿਆਂ ਦੀ ਜ਼ਿੰਦਗੀ ਤਬਾਹ ਹੋਈ ਹੈ ਕੋਈ ਕ੍ਰਿਮੀਨਲ ਬਣਿਆ ਹੋਊ ਕੋਈ ਖੁਦਕੁਸ਼ੀ ਕਰ ਗਿਆ ਹੋਊ ਕੋਈ ਦਿਹਾੜੀ ਜੋਤਾ ਕਰ ਗਿਆ ਹੋਊ ਡਿਗਰੀਆਂ ਲੈ ਕੇ 3-3 ਸਾਲ ਪਾਸ ਕਰਕੇ ਉਹ ਵਿਚਾਰੇ ਐਗਜ਼ਾਮ ਨਹੀਂ ਦੇ ਸਕੇ ਕਿਤੇ ਨੌਕਰੀ ਨਹੀਂ ਲੈ ਸਕਦੇ 8 ਲੱਖ ਸ਼ਡਿਊਲ ਕਾਸਟ ਬੱਚਿਆਂ ਦਾ ਇੱਕ ਸ਼ਡਿਊਲ ਕਾਸਟ ਮੁੱਖ ਮੰਤਰੀ ਹੋਵੇ ਕਿਆ ਉਹਨੂੰ ਦਰਦ ਨਹੀਂ ਆਉਣਾ ਚਾਹੀਦਾ ਕਿਉਂ ਨਹੀਂ ਸਕਾਲਰਸ਼ਿਪ ਦਾ ਕੇਸ CBI ਨੂੰ ਦਿੰਦਾ ਦੇਣਾ ਚਾਹੀਦਾ ਕਿਉਂਕਿ ਪੰਜਾਬ ਪੁਲਿਸ ਟੂਲ ਬਣੀ ਹੋਈ ਹੈ ਪੋਲੀਟੀਕਲ ਲੋਕਾਂ ਦੀ ਇਹਨਾਂ 'ਤੇ ਮੈਨੂੰ ਇਤਬਾਰ ਨਹੀਂ ਹੈ ਹਿਮਾਚਲ ਵਾਲਿਆਂ ਨੇ CBI ਨੂੰ ਇਨਕੁਆਇਰੀ ਦਿੱਤੀ ਅਰੈਸਟ ਕੀਤੇ ਬੰਦੇ ਹਰਿਆਣੇ ਨੇ ਵੀ CBI ਨੂੰ ਇਨਕੁਆਇਰੀ ਕੀਤੀ ਬੰਦੇ ਅਰੈਸਟ ਕੀਤੇ ਜਿਹੜੇ ਵੀ ਇਨਵੋਲਵ ਸੀ ਪੰਜਾਬ ਗੌਰਮੈਂਟ ਕਿਉਂ ਨਹੀਂ ਕਰਦੀ ਕੈਪਟਨ ਪਰਦਾ ਪਾਉਂਦਾ ਸੀ ਇਸ ਲਈ ਮੈਂ ਮੌਜੂਦਾ ਮੁੱਖ ਮੰਤਰੀ ਜਿਹੜਾ ਆਪ ਸ਼ਡਿਊਲ ਕਾਸਟ ਹੈ ਉਹਨੂੰ ਕਹਾਂਗਾ ਕਿ ਜਿਸ ਦੀ ਸ਼ਰਾਬ ਪੀ ਕੇ 124 ਮਰੇ ਨੇ 114 ਸ਼ਡਿਊਲ ਕਾਸਟ ਨੇ ਉਹ ਵੀ ਸ਼ਡਿਊਲ ਕਾਸਟ 'ਚ ਸੀ ਦਲਿਤ ਸੀਗੇ ਚਾਹੇ ਜੱਟ ਹੈ ਚਾਹੇ ਨੌਨ ਜੱਟ ਹੈ ਜਿਹੜਾ ਗਰੀਬ ਹੈ ਉਹ ਗਰੀਬ ਹੈ ਇਸ ਕਰਕੇ ਸਕਾਲਰਸ਼ਿਪ ਦੇ ਵਿੱਚ ਇੱਕ ਐਡੀਸ਼ਨਲ ਚੀਫ ਸੈਕਟਰੀ ਇਹਨਾਂ ਦਾ ਆਪਣਾ ਇਨਕੁਆਇਰੀ ਕਰਦਾ ਹੈ ਉਹ ਕਹਿੰਦਾ ਵੀ ਇਨਵੋਲਵਮੈਂਟ ਹੈ ਘਪਲਾ ਹੋਇਆ ਕੈਗ ਨੇ ਪਾਰਲੀਮੈਂਟ 'ਚ ਰਿਪੋਰਟ ਹੈ ਮੇਰੇ ਕੋਲ ਕਾਪੀ ਹੈ ਉਹਦੀ ਕਿ ਘਪਲਾ ਹੋਇਆ ਮਿਨਿਸਟਰ ਤੋਂ ਮੈਂ ਜਵਾਬ ਲਿਆ ਹਾਊਸ ਦੇ ਵਿੱਚ ਉਹ ਵੀ ਕਹਿੰਦਾ ਘਪਲਾ ਹੋਇਆ ਅੱਗੇ ਮੁੱਖ ਮੰਤਰੀ ਕੈਪਟਨ ਪਰਦਾ ਪਾਉਂਦਾ ਸੀ ਇਸ ਲਈ ਮੈਂ ਇਹਨਾਂ ਨੂੰ ਮੈਂ 100 ਦਿਨ ਬੋਲਿਆ ਨਹੀਂ ਹੈ ਮੀਡੀਆ ਕੋਲ ਮੈਂ ਆਇਆ ਨਹੀਂ ਹੈ ਮੈਂ 100 ਦਿਨ ਦੇਖ ਕੇ ਤਾਂ ਆਇਆ ਕਿ ਇੱਕ ਕਹਿਣ ਵਾਲਿਆ ਕਿ ਮੈਂ ਸ਼ਡਿਊਲ ਕਾਸਟ ਇੱਕ ਮੁੱਖ ਮੰਤਰੀ ਬਣਿਆ ਚੰਗੀ ਗੱਲ ਹੈ ਮੈਂ ਤਾਂ ਸਾਨੂੰ 12 ਤੋਂ ਕਹਿੰਦਾ ਸੀ ਇਹ ਵੀ ਉਮੀਦ ਤੇ ਖਰੇ ਨਹੀਂ ਉਤਰ ਰਿਹਾ ਮਤਲਬ ਸਰਕਾਰ ਹੁਣ ਤਾਂ ਟਾਈਮ ਹੀ ਥੋੜਾ ਰਹਿ ਗਿਆ ਕੋਡ ਨਹੀਂ ਮੈਂ ਤਾਂ ਕਹੂੰਗਾ ਉਹ ਆਪਣੀ ਆਤਮਾ ਨੂੰ ਜਗਾਉਣ ਇਹ ਜਿਹੜੇ ਪੋਲੀਟੀਕਲ ਪ੍ਰੈਸ਼ਰ ਥੱਲੇ ਨਾ ਆ ਕੇ ਗਰੀਬਾਂ ਦਾ ਇਹ ਜਿਹੜਾ ਇਹ ਕੀੜੇ ਮਕੌੜੇ ਨਹੀਂ ਮਰੇ ਇਸ ਕਰਕੇ ਇਹ ਇਨਸਾਨ ਮਰੇ ਨੇ ਪਰਚਾ ਹੋਣਾ ਚਾਹੀਦਾ ਕੈਪਟਨ ਕਹਿੰਦਾ ਰਿਹਾ ਵੀ ਇਹ ਤਾਂ ਕਤਲ ਇਹਨਾਂ ਦੇ ਕਤਲ ਹੋਏ ਨੇ ਪਰ ਪਰਦਾ ਪਾਉਂਦਾ ਸੀ ਮਿਲੀ ਭਗਤ ਸੀ ਸਮਗਲਰਾਂ ਨਾਲ ਉਹੀ ਗੱਲ ਹੋਣਾ ਸੌਰ ਇਹਨੂੰ ਚਾਹੀਦਾ ਕਿ ਜੇ ਸਰਕਾਰ ਦਲਿਤਾਂ ਨਾਲ ਧੋਖਾ ਇਹ ਫਿਰ ਇਹ ਮੈਂ ਕਹਿੰਦਾ ਦਲਿਤ ਤਾਂ ਉਹਨਾਂ 'ਚ ਬੜਾ ਉਹ ਮਾਯੂਸੀ ਹੈ ਕਿ ਸਾਡੇ ਬੰਦਿਆਂ ਨੂੰ ਮੌਕਾ ਮਿਲਿਆ ਉਹਨਾਂ ਦੀ ਖਿਲਾਫ਼ ਉਹ ਜੋ ਜਿਹਨਾਂ ਨੇ ਕਤਲ ਕੀਤੇ ਨੇ ਜਿਹਨਾਂ ਨੇ ਸਕਾਲਰਸ਼ਿਪ ਖਾਧਾ ਇਹ ਕਿਉਂ ਨਹੀਂ ਉਹਨਾਂ ਦੇ ਖਿਲਾਫ਼ ਸਾਨੂੰ ਕਹਿੰਦੇ ਨੇ ਔਰ ਜਦ ਲੋਕਾਂ 'ਚ ਜਾਣਗੇ ਫਿਰ ਪਤਾ ਲੱਗੂਗਾ ਕਿਆ ਹੋਇਆ ਦੁੱਲੋ ਸਾਹਿਬ ਇੱਕ ਸਵਾਲ ਤੁਸੀਂ ਕਹਿ ਰਹੇ ਹੋ ਕਿ ਸਿੱਧੂ ਸਾਹਿਬ ਸਭ ਕੁਝ ਸਹੀ ਕਹਿ ਰਹੇ ਹਨ ਪਰ ਸੁਖਜਿੰਦਰ ਰੰਧਾਵਾ ਕਹਿੰਦੇ ਸਿੱਧੂ ਤਾਂ ਸਭ ਕੁਝ ਗਲਤ ਕਹਿ ਰਹੇ ਨੇ ਦਬਾਹ ਹੇਠ ਦੇਖੋ ਕੁਛ ਇਹਦੇ ਤੋਂ ਇਹਦਾ ਮਤਲਬ
अगे तो कैप्टन का दबा सी इन्हों के दबा सी ता नहीं बोलते थे हूं कि दबा है सिद्धू तो कहते ने दबा सिद्धू का कि दबा है कहदा दबाया सिद्धू तो फ्रैंक आदमी है जो मन चाह बोलता है माफी ए खिलाफ है कहता ओ प्रधान है प्रधान कांग्रेस का प्रधान है आफ्टर कांग्रेस की कहने सरकार है फिर सिद्धू अलहदा क्यों किया हो दूजा सवाल यह है जी की जे सिद्धू साहब सही बोलते हैं तो सिद्धू साहब ये भी सही बोल रहे हैं कि इलेक्शन तो पहला मुख्यमंत्री का चेहरा ऐलान दिता जाना चाहिए अगे पार्टियां अनाउंस कर दी रही ने मैं 50 साल से देखना है ज्ञानी जैल सिंह नूं कीता दरबारा सिंह नूं कीता बेअंत सिंह नूं कीता कैप्टन नूं कीता तां इस वेले मजबूत दावेदार कौन पार्टी नूं भी वोट पैंदी है कई वोट हुंदी है पार्टी नूं कई वारी बंदे नूं भी पैंदी है भी बंदा वही जिहड़ा इमानदार लीड कर रहा है ये माफिया नाल रलिया नहीं होया सिद्धू दा ऐलान कर देना चाहिए ये पार्टी ने देखना है मेरा पार्टी ने देखना किनू बनाउणा किनू नहीं बनाउणा पर लोकां नूं पता होना चाहिए कि क्यों किसको मौका मिलना अच्छा दुलो साहब ये दसो थोड़ी मुलाकात हुई सी थोड़े शैलर दे विच नवजोत सिंह सिद्धू नाल ता की गलबात निकल के आई सामने जां उन्होंने समर्थन मंगण आए सीगे भी मैं अलग थलग पै गया देखो सिद्धू मैनू दो बारी मिलिया बनन तो पहला भी मेरे को ओह दिल्ली घर आया मैनू मैनू कहिंदा भी मैनू आशीर्वाद दो क्योंकि मैं ओहदे फादर नाल कम कीता असी जेल च भी कट्ठे रहे हैं ओहदा फादर जिहड़ा सरदार भगवंत सिंह जी सिद्धू जिहड़े हर भगवंत सिंह सिद्धू सी ओह जिहड़ा कांग्रेस पटियाले दे प्रधान भी थे असी जदों इंदिरा गांधी जी गिरफ्तारी हुई है मैं भी जेल च थी ओह भी जेल च थे सरदार लाल सिंह भी जेल थी पटियाले दे सारे लीडर जेल से थे असी भी जेल च थे इस करके ओह पुराना उन्होंने ओहदे करके मैनू मिलन आया चंगी गल है ਉਹਨੂੰ ਮੈਂ ਦੇਖੋ ਸਿੱਖੂੰਗਾ ਜੇ ਮੈਂ ਤਾਂ ਮੈਂ ਕਹਿੰਦਾ ਮਾਫੀਆ ਕਲੀਨ ਕਰੋ ਕਾਂਗਰਸ ਕਲੀਨ ਕਰੋ ਲੋਕਾਂ 'ਚ ਉਹੀ ਨਹਿਰੂ ਗਾਂਧੀ ਸ਼ਾਸਤਰੀ ਇਹਨਾਂ ਦਾ ਮੈਸੇਜ ਜਾਣਾ ਚਾਹੀਦਾ ਹੈ ਹਾਂਜੀ ਇਹ ਤਾਂ ਫਿਰ ਲੋਕਾਂ ਨੇ ਦੇਖਣਾ ਜੇ ਬਾਦਲਾਂ ਨੂੰ ਲੋਕ ਨਕਾਰ ਸਕਦੇ ਨੇ ਮਾਫੀਆ ਨੂੰ ਜੇ ਅਸੀਂ ਮਾਫੀਆ ਨੂੰ ਜਿਹੜੇ ਸਕੈਮਾਂ 'ਚ ਇਨਵੋਲਵ ਨੇ ਜਿਹੜੇ ਜਿਹੜੇ ਸਕਾਲਰਸ਼ਿਪ ਜਾਂ ਡਰੱਗ ਦੇ ਵਿੱਚ ਜਾਂ ਮਾਈਨ ਦੇ ਵਿੱਚ ਇਨਵੋਲਵ ਹੈ ਲੋਕਾਂ ਨੂੰ ਪਤਾ ਹੈ ਲੋਕ ਕਹਿੰਦੇ ਨਹੀਂ ਐਸੀ ਗੱਲ ਨਹੀਂ ਲੋਕ ਸਿਆਣੇ ਨੇ ਪੰਜਾਬ ਦੇ ਜਿਵੇਂ ਬਾਦਲ ਨੂੰ ਦਿਖਾਇਆ ਕਹਿੰਦਾ ਰਸਤਾ ਜੇ ਮੈਂ ਤਾਂ ਹੀ ਤਾਂ ਕਹਿਣਾ ਕਿ ਕਾਂਗਰਸ ਕਲੀਨ ਕਰੋ ਮਾਫੀਆ ਤੋਂ ਬਚਾਓ ਇਹ ਕਹਿਣਾ ਤੁਸੀਂ ਮੈਂ ਸੋਨੀਆ ਗਾਂਧੀ ਨੂੰ ਵੀ ਕਿਹਾ ਰਾਹੁਲ ਗਾਂਧੀ ਨੂੰ ਵੀ ਕਿਹਾ ਔਰ ਫਿਰ ਵੀ ਕਹਿੰਦਾ ਰਹੂੰਗਾ ਦੋਲੋ ਸਾਹਿਬ ਇਹ ਦੱਸੋ ਵੀ ਜੇ ਕਰ ਕਲੀਨ ਨਹੀਂ ਹੁੰਦੇ ਤਾਂ ਤੁਸੀਂ ਪ੍ਰਚਾਰ ਕਰੇਂਗੇ ਪਾਰਟੀ ਵਾਸਤੇ ਜਾਂ ਨਹੀਂ ਮੈਂ ਤਾਂ ਸਮਗਰਾਂ ਦੇ ਖਿਲਾਫ ਬੋਲੂਗਾ ਇਲੈਕਸ਼ਨ ਦੇ ਵਿੱਚ ਬਿਲਕੁਲ ਬੋਲੂਗਾ ਕਾਂਗਰਸ ਦੇ ਖਿਲਾਫ ਬੋਲੇਂਗੇ ਕਾਂਗਰਸ ਦੇ ਖਿਲਾਫ ਨਹੀਂ ਕੈਂਡੀਡੇਟ ਕਾਂਗਰਸ ਦੇ ਕਿਸੇ ਮਾਫੀਆ ਨੂੰ ਟਿਕਟ ਨਹੀਂ ਦੇਣਾ ਚਾਹੀਦਾ ਜੇ ਦਿੰਦੀ ਆ ਜੇ ਦਊਗੀ ਮੈਂ ਉਦੋਂ ਸਮਾਂ ਆਊਗਾ ਦੇਖੂੰਗਾ ਪਰ ਮੈਂ ਕਦੇ ਵੀ ਨਹੀਂ ਸਪੋਰਟ ਕਰੂੰਗਾ ਮਾਫੀਆ ਦੀ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲਾਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ 11 ਘੰਟੇ ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ ਗੋਲਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਉਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ ਏ ਟੂ ਜ਼ੈਡ ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁਠਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਨਪਨ ਜਾਂ ਦੁਟੋਨਾ ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ ਰੁੱਸੇ ਨੂੰ ਮਨਾਉਣਾ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467